ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਿ ਗਿਦਖਿਆ ਦਸਵੇਂ ਪਾਤਸ਼ਾਹ ਜੀ ਨੇ ਪ੍ਰਤੱਖ ਦਰਸ਼ਨ ਦੇਣੇ। ਪਰਿਵਾਰ ਨੇ ਫਸਲ ਦੀ ਰਾਖੀ ਕਰਨ ਵਾਸਤੇ ਅਤੇ ਵੇਲੇਕ-ਵੇਲੇ ਠਹਿਰਨ ਲਈ ਖੇਤ ਵਿੱਚ ਹੀ ਇੱਕ ਛੋਟਾ ਜਿਹਾ ਕੋਠਾ ਬਣਾਇਆ ਹੋਇਆ ਸੀ। ਬਾਬਾ ਜੀ ਵੀ ਅਕਸਰ ਜਦੋਂ ਵੇਹਲ ਹੁੰਦਾ ਜਾਂ ਕਾਂਤ ਵਿੱਚ ਭਜਨ ਕਰਨਾ ਚਾਹੁੰਦੇ ਤਾਂ ਇਸ ਕੋਠੀ ਅੰਦਰ ਜਾ ਬਰਾਜਦੇ ਹੁੰਦੇ ਸਨ। ਬਾਬਾ ਜੀ ਨੇ ਦੱਸਿਆ ਕਿ ਜੇਠ ਦੇ ਮਹੀਨੇ ਵਿੱਚ ਕਾਫੀ ਜ਼ਿਆਦਾ ਗਰਮੀ ਪੈ ਰਹੀ ਸੀ। ਅਸੀਂ ਕਮਰੇ ਅੰਦਰ ਮੂਲ ਮੰਤਰ ਦਾ ਜਾਪ ਕਰੈਸ਼ਾ ਬੂਹਾ ਖੁੱਲਿਆ ਇੱਕ ਬੜੇ ਨੂਰਾਨੀ ਚਿਹਰੇ ਵਾਲਾ ਗੁਰਸਿੱਖ ਅੰਦਰ ਆਇਆ ਅਸਾਂ ਦੋਹਾਂ ਨੇ ਸਤਗੁਰੂ ਜੀ ਦੀ ਬਖਸ਼ੀ ਫਤਿਹ ਨਾਲ ਸਾਂਝ ਕੀਤੀ ਉਪਰੰਤ ਉਸ ਗੁਰਸਿੱਖ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਤੁਹਾਨੂੰ ਦਰਸ਼ਨ ਦੇਣ ਆ ਰਹੇ ਨੇ ਮਨ ਵਿੱਚ ਬੜਾ ਚਾਅ ਪੈਦਾ ਹੋਇਆ ਕਾਹਲੀ ਨਾਲ ਅਸੀਂ ਦੋਵੇਂ ਬੂਹੇ ਤੋਂ ਬਾਹਰ ਆ ਗਏ ਪੱਛਮ ਦਿਸ਼ਾ ਵੱਲੋਂ ਥੋੜੀ ਦੂਰ ਕੀ ਦੱਸਿਆ ਕਿ ਸਤਗੁਰੂ ਜੀ ਘੋੜੇ ਤੇ ਸਵਾਰ ਹਨ ਤੇ ਨਾਲ ਚਾਰ ਸਿੰਘ ਹੋਰ ਹਨ ਸਤਗੁਰੂ ਜੀ ਨੇੜੇ ਆ ਗਏ ਘੋੜਾ ਖੜਾ ਹੋਇਆ ਬੜੀ ਨਿਮਰਤਾ ਸਹਿਤ ਬਾਬਾ ਜੀ ਨੇ ਸਤਗੁਰੂ ਜੀ ਦੇ ਚਰਨਾਂ ਤੇ ਜੋ ਰਕਾਬ ਵਿੱਚ ਛਣ ਨਮਸਕਾਰ ਕੀਤੀ ਸਤਗੁਰੂ ਜੀ ਥੋੜਾ ਮੁਸਕਰਾਏ ਤੇ ਅਗਾਹ ਤੁਰ ਪਏ ਥੋੜੀ ਦੂਰੀ ਗਏ ਕਿ ਦਰਸ਼ਨ ਅਲੋਪ ਹੋ ਗਏ ਮਨ ਵਿੱਚ ਬੜੀ ਹੈਰਾਨੀ ਹੋਈ ਉਹ ਗੁਰਸਿੱਖ ਜੋ ਗੁਰਦੇਵ ਜੀ ਦੇ ਆਉਣ ਦੀ ਖਬਰ ਬਾਬਾ ਜੀ ਨੂੰ ਦੇਣ ਆਇਆ ਸੀ ਬਾਬਾ ਜੀ ਦੱਸਿਆ ਕਰਦੇ ਸਨ ਕਿ ਮੇਰੇ ਪਾਸ ਹੀ ਖੜਾ ਰਿਆ ਉਸਨੇ ਕਿਹਾ ਭਾਈ ਹਰਨਾਮ ਸਿੰਘ ਜੀ ਤਾਨੂੰ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਸੀ ਪਰ ਤੁਸੀਂ ਹੈਰਾਨ ਤੇ ਦਿਲਗੀਰ ਹੋ ਕੀ ਕਾਰਨ ਹੈ ਆਪ ਜੀ ਨੇ ਦੱਸਿਆ ਕਿ ਮੈਂ ਉਸ ਗੁਰਮਖ ਪਿਆਰੇ ਨੂੰ ਬੇਨਤੀ ਕੀਤੀ ਕਿ ਮੈਂ ਦਿਲਗੀਰ ਇਸ ਕਰਕੇ ਹਾਂ ਕਿ ਸਤਗੁਰੂ ਜੀ ਨੇ ਦਰਸ਼ਨ ਤਾਂ ਦਿੱਤੇ ਪਰ ਬਚਨ ਕੋਈ ਨਹੀਂ ਕੀਤਾ ਉਸ ਗੁਰਸਖ ਨੇ ਉੱਤਰ ਦਿੱਤਾ ਕਿ ਸਤਗੁਰੂ ਜੀ ਤੁਹਾਡੀ ਭਜਨ ਬੰਦਗੀ ਉੱਪਰ ਬਹੁਤ ਪ੍ਰਸੰਨ ਹਨ ਜਿਸ ਕਰਕੇ ਤੁਹਾਨੂੰ ਦਰਸ਼ਨ ਦਿੱਤੇ ਨੇ ਬਚਨ ਇਸ ਕਰਕੇ ਨਹੀਂ ਹੋਏ ਕਿਉਂਕਿ ਤੁਸੀਂ ਨਿਤਨੇਮ ਵਿੱਚ ਜਾਪ ਸਾਹਿਬ ਦਾ ਪਾਠ ਨਹੀਂ ਕਰਦੇ। ਬਾਬਾ ਜੀ ਨੇ ਕਿਹਾ ਕਿ ਜਾਪ ਸਾਹਿਬ ਦਾ ਪਾਠ ਥੋੜਾ ਕਠਿਨ ਹੋਣ ਕਰਕੇ ਮੈਂ ਨਹੀਂ ਕਰਦਾ। ਸ੍ਰੀ ਸੁਖਮਨੀ ਸਾਹਿਬ ਆਸਾ ਜੀ ਦੀ ਵਾਰ ਤਾਂ ਹਰ ਰੋਜ਼ ਕਰਦਾ। ਗੁਰਸ਼ਖ ਨੇ ਉੱਤਰ ਦਿੱਤਾ ਕਿ ਜੋ ਸਾਧਗੁਰੂ ਜੀ ਦਾ ਹੁਕਮ ਹੈ ਉਸ ਨੂੰ ਪੂਰਾ ਕਰਨਾ ਅਤਿ ਜ਼ਰੂਰੀ ਹੈ। ਜੇ ਕੋਈ ਸਿੱਖ ਨਿਤਨੇਮ ਦੀ ਬਾਣੀ ਨੂੰ ਛੱਡ ਕੇ ਹੋਰ ਆਪਣੀ ਮਰਜ਼ੀ ਨਾਲ ਜਿੰਨੀ ਮਾਰੀ ਮਰਜ਼ੀ ਬਾਣੀ ਪੜੀ ਜਾਵੇ। ਗੁਰੂ ਸਾਹਿਬ ਜੀ ਦੀ ਉਸ ਤੇ ਪੂਰੀ ਖੁਸ਼ੀ ਨਹੀਂ ਹੁੰਦੀ ਜੋ ਪੰਜਾਂ ਪਿਆਰਿਆਂ ਦੁਆਰਾ ਦੱਸੇ ਸਤਿਗੁਰੂ ਦੇ ਹੁਕਮ ਨੂੰ ਪੂਰਾ ਕਰਕੇ ਫੇਰ ਹੋਰ ਭਜਨ ਸਿਮਰਨ ਕਰਦਾ ਹੈ ਜਾਂ ਬਾਣੀ ਪੜ੍ਹਦਾ ਹੈ ਸਤਿਗੁਰੂ ਜੀ ਦੀ ਉਸ ਤੇ ਬੇਅੰਤ ਖੁਸ਼ੀ ਹੁੰਦੀ ਹੈ ਜੋ ਹੁਕਮ ਮੰਨਣ ਵਿੱਚ ਢਿੱਲ ਕਰਦਾ ਹੈ ਗੁਰੂ ਸਾਹਿਬ ਜੀ ਦੀ ਪੂਰਨ ਬਖਸ਼ਿਸ਼ ਤੋਂ ਵਾਂਝਿਆ ਰਹਿ ਜਾਂਦਾ ਹੈ ਇਹੋ ਹੀ ਕਾਰਨ ਹੈ ਕਿ ਆਪ ਜੀ ਜਾਪ ਸਬਦ ਦਾ ਪਾਠ ਨਹੀਂ ਕਰਦੇ ਜਿਸ ਕਰਕੇ ਸਤਿਗੁਰੂ ਜੀ ਨੇ ਕੋ ਬਚਨ ਨਹੀਂ ਕੀਤਾ ਉਸੇ ਦਿਨ ਤੋਂ ਭਾਵੇਂ ਕਿੰਨਾ ਵੀ ਸਮਾਂ ਲੱਗੇ ਸਹਜ ਸਹਜ ਜੀ ਹਰ ਰੋਜ਼ ਜਾਪ ਸਬ ਦਾ ਪਾਠ ਨਿਤਨੇਮ ਵਿੱਚ ਬਾਬਾ ਜੀ ਨੇ ਸ਼ਾਮਲ ਕਰ ਲਿਆ ਤੇ ਥੋੜਾ ਥੋੜਾ ਕਰਕੇ ਜਵਾਨੀ ਵੀ ਕੰਟ ਕਰ ਲਿਆ ਗੁਰਬਾਣੀ ਵੀ ਜੋ ਗੁਰਸ਼ਿਕਨੇ ਬਾਬਾ ਜੀ ਨੂੰ ਸਤਿਗੁਰ ਜੀ ਦੇ ਹੁਕਮ ਮੰਨਣ ਦਾ ਉਪਦੇਸ਼ ਦਿੱਤਾ ਉਸੇ ਤਰ੍ਹਾਂ ਗੁਰੂ ਹੁਕਮ ਮੰਨਣ ਦੀ ਪਰੋੜਤਾ ਗੁਰਬਾਣੀ ਵੀ ਕਰਦੀ ਹੈ ਆਸਾਦੀ ਵਾਰ ਵਿੱਚ ਗੁਰੂ ਹੁਕਮ ਹੈ ਕੇ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕੰਮ ਹਲ ਪਾਈ ਸੀ। তথা ਗੁਰੂ ਨਾਨਕ ਦੇਵ ਸਾਹਿਬ ਜੀ ਦਾ ਫਰਮਾਨ ਹੈ ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜਾਨਾ। ਇੱਥੇ ਕੋਈ ਵੀ ਹੀਲ ਹੁਜਤ ਜਾਂ ਛੋਟ ਨਹੀਂ ਜਿਵੇਂ ਤੀਸਰੇ ਪਾਤਸ਼ਾਹ ਧੰਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਹੈ ਸੋਰਠਿ ਰਾਗ ਵਿੱਚ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰਕੇ ਪਾਣੇ ਵਿੱਚ ਆਵੈ ਆਪਣੈ ਪਾਣੈ ਜੋ ਚੱਲੈ ਭਾਈ ਵਿਛੜ ਝੋਟਾਂ ਖਾਵੈ। ਗੁਰੂ ਕੀ ਸਿੱਖੀ ਵਿੱਚ ਤਾਂ ਹੁਕਮ ਮੰਨਣ ਨੂੰ ਹੀ ਪ੍ਰਧਾਨਤਾ ਦਿੱਤੀ ਗਈ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ ਉਹ ਪ੍ਰਵਾਨ ਚੜ ਜਾਂਦਾ ਹੈ ਸਿੱਖੀ ਹੈ ਹੀ ਹੁਕਮ ਮੰਨਣਾ ਹੁਕਮ ਮੰਨੇ ਸੋ ਜਨ ਪ੍ਰਵਾਨ ਅਤੇ ਗੁਰਮਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ ਜਿਵੇਂ ਬਾਬਾ ਲਾਣਾ ਜੀ ਨੇ ਸਤਗੁਰੂ ਨਾਨਕ ਦੇਵ ਜੀ ਦਾ ਹੁਕਮ ਮੰਨਿਆ ਜੋ ਸਤਗੁਰਾਂ ਨੇ ਹੁਕਮ ਕੀਤਾ ਉਸ ਨੂੰ ਸਿਰ ਮੱਥੇ ਤੇ ਰੱਖ ਕੇ ਉਸ ਦੀ ਕਮਾਈ ਕਰ ਵਿਖਾਈ ਹੁਕਮ ਮੰਨਣ ਦਾ ਸਤਕਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਲੈਣਾ ਜੀ ਵਿੱਚ ਆਪਣੀ ਜੋਤ ਧਰ ਕੇ ਬਾਬਾ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ ਸਾਰੇ ਸਤਿਗੁਰਾਂ ਦਾ ਇਤਿਹਾਸ ਸਾਡੇ ਸਾਹਮਣੇ ਹੈ ਜਿਨ੍ਹਾਂ ਨੇ ਵੀ ਹੁਕਮ ਮੰਨਿਆ ਉਹ ਪ੍ਰਮਾਨ ਚੜ ਗਿਆ ਗੁਰੂ ਅਮਰਦਾਸ ਜੀ ਦੇ ਹੁਕਮ ਮੁਤਾਬਕ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤ ਸਾਹਾ ਹੈ তথা ਹੁਕਮ ਮੰਨਣ ਤਾ ਹਰ ਮਿਲੈ ਤਾਂ ਵਿੱਚੋਂ ਹਉ ਮੈਂ ਜਾਏ ਗੁਰਸਿੱਖਾਂ ਲਈ ਪੰਜਾਂ ਪਿਆਰਿਆਂ ਦੁਆਰਾ ਮਿਲਿਆ ਉਪਦੇਸ਼ ਗੁਰੂ ਹੁਕਮ ਹੈ ਇਸ ਲਈ ਢਿੱਲ ਕੀਤਿਆਂ ਗੁਰੂ ਜੀ ਦੀ ਪੂਰਨ ਖੁਸ਼ੀ ਤੋਂ ਵਾਂਝੇ ਰਹਿ ਜਾਂਦਾ ਹੈ ਵੱਡੇ ਭਾਈ ਸਰਦਾਰ ਤਾਰਾ ਸਿੰਘ ਜੀ ਨੂੰ ਸੁਪਨੇ ਵਿੱਚ ਦਸਵੇਂ ਪਾਤਸ਼ਾਹ ਜੀ ਨੇ ਦਰਸ਼ਨ ਦੇਣੇ ਤੇ ਬਚਨ ਕਰਨਾ ਬਾਬਾ ਜੀ ਦੱਸਦੇ ਹੁੰਦੇ ਸਨ ਕਿ ਪਹਿਲੇ ਵਾਂਗ ਹੀ ਉਹਨਾਂ ਨੇ ਭਰਾਵਾਂ ਨਾਲ ਕੰਮ ਵਿੱਚ ਪੂਰਾ ਸਾਥ ਦੇਣਾ ਅਤੇ ਅਧਿਆਤਮਕ ਪੰਥ ਦੀ ਪਹਿਲੀ ਕਾਲ ਨੂੰ ਹੀ ਨਿਰੰਤਰ ਜਾਰੀ ਰੱਖਿਆ ਹੁਣ ਯਤਨ ਤੋਂ ਬਿਨਾਂ ਹੀ ਸਿਮਰਨ ਜਾਰੀ ਰਹਿੰਦਾ ਕੋਈ ਉਚੇਚਾ ਉਪਰਲਾ ਕਰਨ ਦੀ ਲੋੜ ਨਾ ਪੈਂਦੀ ਆਪਣੇ ਨਿਯਮ ਅਨੁਸਾਰ ਸਾਰਾ ਦਿਨ ਦਾ ਕਾਰਵਿਹਾਰ ਕਰਨਾ ਸ਼ਾਮ ਦੇ ਕੰਮ ਤੋਂ ਵਿਹਲੇ ਹੋ ਕੇ ਉਸੇ ਰਜਵਾਹੇ ਦੇ ਕੰਢੇ ਬੈਠ ਕੇ ਨਾਮ ਦਾ ਇਲਾਹੀ ਰਸ ਬਾਬਾ ਜੀ ਮੰਨਦੇ ਰਹੇ ਪਿਛਲੇਰੇ ਵਰਤਾਂਤ ਕੀਤੀ ਹੋਈ ਘਟਨਾ ਦੇ 15 ਕੋ ਦਿਨ ਪਿਛੋਂ ਸਾਡੇ ਵੱਡੇ ਭਾਈ ਸਰਦਾਰ ਤਾਰਾ ਸਿੰਘ ਜੀ ਨੂੰ 10ਵੇਂ ਪਾਤਸ਼ਾਹ ਨੇ ਸੁਪਨੇ ਵਿੱਚ ਦਰਸ਼ਨ ਦਿੱਤੇ ਤੇ ਕਿਹਾ ਕਿ ਭਾਈ ਹਰਨਾਮ ਸਿੰਘ ਨੂੰ ਤੁਸੀਂ ਹੁਣ ਕੰਮ ਤੋਂ ਵਿਹਲੇ ਕਰ ਦਿਓ ਉਹਨਾਂ ਨੂੰ ਸਰੀਰਕ ਤੌਰ ਤੇ ਕਾਫੀ ਖੇਚਲ ਹੁੰਦੀ ਹੈ ਉਹਨਾਂ ਦੇ ਜਿੰਮੇ ਕੋਈ ਹੋਰ ਡਿਊਟੀ ਲੱਗੀ ਹੈ ਜਿਸ ਨੂੰ ਉਹਨਾਂ ਨੇ ਸਾਕਾਰ ਕਰਨਾ ਹੈ ਭਾਈ ਤਾਰਾ ਸਿੰਘ ਜੀ ਨੇ ਦਿਨ ਚੜਨ ਤੇ ਸਾਰੇ ਭਰਾਵਾਂ ਨੂੰ ਇਕੱਠੇ ਕਰਕੇ ਰਾਤ ਵਾਲੀ ਵਾਰਤਾ ਦੱਸੀ ਤੇ ਕਿਹਾ ਕਿ ਭਾਈ ਚਾਹੇ ਸੁਪਨਾ ਸਮਝ ਲਵੋ ਚਾਹੇ ਪ੍ਰਤੱਖ ਸਮਝ ਲਵੋ ਮੈਨੂੰ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਮੇਰਾ ਮਨ ਤਾਂ ਪੂਰਨ ਯਕੀਨ ਵਿੱਚ ਹੈ ਤੇ ਸਾਨੂੰ ਗੁਰੂ ਮਹਾਰਾਜ ਜੀ ਦਾ ਹੁਕਮ ਸਮਝ ਕੇ ਇਸ ਬਚਨ ਨੂੰ ਮੰਨ ਲੈਣਾ ਚਾਹੀਦਾ ਹੈ। ਬਾਕੀ ਭਰਾਵਾਂ ਨੇ ਵੀ ਹਾਂ ਵਿੱਚ ਹਾਂ ਮੜਾਈ ਕੇ ਸੱਚਮੁੱਚ ਹੀ ਭਾਈ ਹਰਨਾਮ ਸਿੰਘ ਜੀ ਨੂੰ ਖੇਚਲ ਤਾਂ ਬਹੁਤ ਹੈ। ਸਾਰਾ ਦਿਨ ਛਾੜੇ ਨਾਲ ਬਰਾਬਰ ਦਾ ਕੰਮ ਕਰਦੇ ਹਨ। ਰਾਤ ਸਿਮਰਨ ਭਜਨ ਵਿੱਚ ਬਤੀਤ ਕਰਦੇ ਹਨ। ਸੋ ਸਾਰਿਆਂ ਨੇ ਫੈਸਲਾ ਕੀਤਾ ਤੇ ਆਪ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਹੁਣ ਆਪਣੀ ਮौज ਨਾਲ ਜੋ ਕਰਨਾ ਚਾਹੋ ਕਰੋ ਸਾਡੇ ਵੱਲੋਂ ਆਪ ਜੀ ਨੂੰ ਪੂਰਨ ਆਜ਼ਾਦੀ ਹੈ। ਬਾਬਾ ਜੀ ਨੇ ਸਾਰੇ ਪਰਵਾਰ ਨੂੰ ਕਿਹਾ ਕਿ ਕੰਮ ਜ਼ਿਆਦਾ ਹੈ ਤੁਸੀਂ ਇਸ ਤਰ੍ਹਾਂ ਕਰੋ ਕਿਸੇ ਨੌਕਰ ਦੀ ਟੋਲ-ਪਹਾਲ ਕਰ ਲਵੋ ਜਦੋਂ ਨੌਕਰ ਮਿਲ ਗਿਆ ਮੈਂ ਕੰਮ ਛੱਡ ਦਿਆਂਗਾ। ਸੋ ਥੋੜੇ ਹੀ ਦਿਨਾਂ ਵਿੱਚ ਇੱਕ ਚੰਗਾ ਪ੍ਰੇਮੀ ਨੌਕਰ ਮਿਲ ਗਿਆ ਜਿਸ ਨੇ ਬਾਬਾ ਜੀ ਦੀ ਇੱਕ ਜਗ੍ਹਾ ਸਾਰਾ ਦੁਨਿਆਵੀ ਕਾਰੋਬਾਰ ਸੰਭਾਲ ਰਿਹਾ। ਹੁਣ ਉਸ ਕਮਕਾਰ ਦੇ ਸਮੇਂ ਜਦ ਆਪ ਖੇਤਾਂ ਵਿੱਚ ਕੰਮ ਕਰਨ ਜਾਂਦੇ ਜਲਪਾਣੀ ਛੱਕੇ ਬਾਹਰ ਨਜ਼ਦੀਕ ਹੀ ਛੋਟੀਆਂ-ਛੋਟੀਆਂ ਪਹਾੜੀਆਂ ਸਨ ਉੱਥੇ ਚਲੇ ਜਾਂਦੇ ਨਾਮ ਸਿਮਰਨ ਦੇ ਉਲੀਕੇ ਨਜ਼ਮ ਨੂੰ ਪੂਰਾ ਕਰਕੇ ਦੁਪਹਿਰ ਨੂੰ ਘਰ ਆਉਂਦੇ ਲੰਗਰ ਛੱਕੇ ਮੁੜ ਉਹਨਾਂ ਪਹਾੜੀਆਂ ਦੀ ਕਾਂਦ ਦੇ ਜਾ ਬਰਾਜ ਬਰਾਜ ਦੇ ਤੇ ਪ੍ਰਭੂ ਯਾਦ ਵਿੱਚ ਲੀਨ ਰਹਿੰਦੇ ਰਾਤ 9-10 ਵਜੇ ਘਰ ਆ ਕੇ ਲੋੜ ਅਨਸਾਰ ਆਹਾਰ ਆਹਾਰ ਕਰਕੇ ਆਰਾਮ ਕਰਦੇ ਤੜਕੇ 2 ਵਜੇ ਫਿਰ ਸ਼ਾਬਦਨ ਹੋ ਕੇ ਸੋਚ ਇਸ਼ਨਾਨ ਕਰ ਨਿਤਨੇਮ ਕਰਕੇ ਪਿੱਛੋਂ ਗੁਰੂ ਚਰਨਾਂ ਵਿੱਚ ਨਮਸਕਾਰ ਕਰਕੇ ਫੇਰ ਉਹਨਾਂ ਹੀ ਪਹਾੜੀਆਂ ਦੀ ਆਕਾਂਤ ਵਿੱਚ ਜਪਹੁ ਤਾਂ ਏਕੋ ਨਾਮਾ ਅਵਰ ਨਰਾਫਰ ਕਾਮਾ ਦੀ ਕਾਰ ਕਰਦੇ ਹੋਏ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਦੇ ਪੂਰਨਿਆਂ ਨੂੰ ਸਾਕਾਰ ਕਰਦੇ